ਖੇਪੀ ਕਰਦਾ ਸੀ ਸ਼ਰਫਜੀਤ ਲੁਹਾਰ, ਉਹਦੇ ਮੁੰਡੇ ਸੀ ਅੱਲਾ ਰੱਖਾ ਸਾਡਾ ਹਾਣੀ ਇੱਕ ਫੀਲ ਸੀ ਉਹਦਾ ਮੁੰਡਾ, ਅਤੇ ਸਰਫਜੀਤ ਲੁਹਾਰ ਤਕੜਾ ਸੀ, ਉਹ ਖੇਪੀ ਕਰਦੇ ਸੀ ਖੇਤੀ ਦੇ ਸੰਦਾਂ ਦੀ, ਉਹਨਾਂ ਦੇ ਵੀ ਅੱਲਾ ਰੱਖਾ ਸੀਗਾ ਫੀਲ ਸੀ ਉਹਦਾ ਭਰਾ, ਅਤੇ ਇੱਕ ਕਬੀਰ ਸੀਗਾ ਮੁਸਲਮਾਨ ਮੁੰਡਾ ਉਹ ਵੀ, ਅਤੇ ਹਾਂ ਸਾਡੇ 24 ਚੱਕ ਦੇ ਵਿੱਚ ਰਹਿੰਦੇ ਸੀ, ਮੇਲਾ ਸਾਡੀ ਜ਼ਮੀਨ ਦੇ ਲੈਂਦੇ ਬੰਨੇ ਇੱਧਰ ਨਾਲ ਸੀ ਬਾਬਾ ਫਤੂਲੇ ਸ਼ਾਹ ਮੁਸਲਮਾਨ, ਉਹਦੇ ਭਰਾ ਸੀ ਇੱਕ ਬਰਿਆਮ ਅਤੇ ਇੱਕ ਅਕਬਰ, ਉਹਦੇ ਜਿਹੜੀ ਬਾਬੇ ਫਤੂਲੇ ਸ਼ਾਹ ਦੇ ਘਰ ਵਾਲੇ ਸੀ ਉਹਦੇ ਵੀ ਦਾੜੀ ਸੀ, ਆਹੋ ਅਸੀਂ ਆਪ ਅੱਖੀ ਦੇਖਦੇ ਰਹਿਣਾ, ਤਾਂ ਉਹ ਉੱਥੇ ਮੇਲਾ ਵੀ ਲੱਗਦਾ ਸੀ ਰੱਖੜ ਪੁੰਨਿਆ 'ਤੇ, ਉਹਨਾਂ ਦੇ ਖੂਹ ਲਾਇਆ ਸੀ ਨਿੱਕਿਆ ਇਸ ਤਰ੍ਹਾਂ ਦਾ, ਉਹ ਟਿੰਡਾਂ ਵਾਲਾ ਜਿਹੜਾ ਗੇੜ ਕੇ ਪਾਣੀ ਪੀਂਦੇ, ਕੋਈ ਨਹੀਂ ਸਭ ਲੋਕ ਰਲ ਕੇ ਜਵਾਨਾਂ, ਇਹ ਤਾਂ ਮਗਰੋਂ ਹੀ ਹਵਾ ਵਗੀ ਯਾਰ, ਰਲ ਕੇ ਲੋਕ ਬਹੁਤ ਰਹਿੰਦੇ ਸੀ, ਪਹਿਲਾਂ ਕੋਈ ਨਹੀਂ ਸੀ ਝਗੜਾ, ਇਹ ਭਰਾਵਾਂ ਵਾਂਗੂ ਲੋਕ ਰਹਿੰਦੇ ਸੀ, ਅਤੇ ਜੇ ਕਿਸੇ ਦਾ ਕੋਈ ਗੱਲਬਾਤ ਹੋ ਗਈ ਪੰਚਾਇਤ ਦੇ ਬਹੁਤ ਲੋਕ ਪੂਰੇ ਸੀ, ਪੰਚਾਇਤ 'ਚ ਜਿਹੜੀ ਗੱਲ ਹੋ ਗਈ ਉਹ ਮੰਨ ਲੈਂਦੇ ਸੀ, ਅਸੀਂ ਤਾਂ ਜਵਾਨਾਂ ਇਹ ਸਮਝ ਲਾ ਵੀ ਭਾਦੋਂ ਦੀ ਸੰਗਰਾਂਦ ਨੂੰ ਤੁਰੇ ਹਾਂ ਉੱਥੋਂ, ਅਤੇ ਅੱਸੂ ਦੀ ਸੰਗਰਾਂਦ ਨੂੰ ਇੱਥੇ ਪਹੁੰਚੇ ਹਾਂ, ਮਹੀਨਾ ਹੀ ਲੱਗ ਗਿਆ, ਬਾਰਿਸ਼ ਬੜੀ ਹੁੰਦੀ ਆਈ, ਇੱਥੇ ਮੁਸਲਮਾਨ ਬਹੁਤ ਬੈਠਾ ਸੀਗਾ ਨੀਮੇਂਜਰ ਸਾਹਿਬ ਲੁਧਿਆਣੇ, ਉਹ ਜਦੋਂ ਇੰਨਾ ਹੜ੍ਹ ਆਇਆ ਉਹ ਵੀ ਬਹੁਤ ਰੁੜੇ ਵਿਚਾਰੇ, ਸਮਾਂ ਤਾਂ ਮਿਲਦਾ ਰਿਹਾ, ਜਿਹੜਾ ਅੱਲਾ ਰੱਖਾ ਸੀ ਨਾ ਮੁਸਲਮਾਨ ਸਾਡੇ ਨਾਲ ਪੜ੍ਹਦਾ, ਉਹ ਸਾਨੂੰ ਇੱਥੇ ਮਿਲਣ ਵੀ ਆਇਆ ਵਿਚਾਰਾ, ਅਤੇ ਕੁਛ ਜਵਾਨਾਂ ਤਿਆਰ ਵੀ ਹੁੰਦੇ ਰਹੇ ਪਰ ਕੋਈ ਕੁਦਰਤ ਨੂੰ ਬਿਧ ਬਣੀ ਹੀ ਨਹੀਂ ਜਾਣ ਦੀ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਜੜਿਆਲਾ, ਬਜ਼ੁਰਗਾਂ ਨੂੰ ਲੱਭਦੇ ਲਵਾਉਂਦੇ ਅਸੀਂ ਅੱਜ ਆਏ ਹਾਂ ਜੀ ਪਿੰਡ ਪਡੂਰੀ ਨਿਜਰਾਂ ਜੀ, ਅਤੇ ਨੇੜੇ ਆਦਮਪੁਰ ਜ਼ਿਲ੍ਹਾ ਜਲੰਧਰ, ਜ਼ਿਲ੍ਹਾ ਜਲੰਧਰ, ਅਤੇ ਬਜ਼ੁਰਗਾਂ ਨਾਲ ਕਰਾਂਗੇ ਜੀ 1947 ਦੀਆਂ ਯਾਦਾਂ ਸਾਂਝੀਆਂ, ਬਾਬਾ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਅੱਛਾ ਬਾਬੇ ਕੀ ਨਾਂ ਤੁਹਾਡਾ? ਮੱਖਣ ਸਿੰਘ। ਪਿਤਾ ਦਾ? ਮਮਤਾ ਸਿੰਘ। ਦਾਦੇ ਦਾ? ਦਾਦੇ ਦਾ ਹੀ ਪਤਾ, ਪਤਾ ਫਤਿਹ ਸਿੰਘ। ਫਤਿਹ ਸਿੰਘ। ਆਪਣੀ ਕੌਮ ਕਿਹੜੀ ਬਾਬਾ ਜੀ? ਜੱਟ ਸਿੱਖ। ਜੱਟ ਸਿੱਖ ਨਾ, ਤੇ ਗੋਤ ਕਿਹੜਾ? ਹਾਂਜੀ, ਗੋਤ ਕਿਹੜਾ? ਗੋਤ ਪੂਨੀ। ਪੂਨੀ, ਠੀਕ ਆ। ਅੱਛਾ ਬਾਬਾ ਜੀ, ਜਿਹੜਾ ਪਿੰਡ ਆ ਨਾ ਪਡੂਰੀ ਨਿਜਰਾਂ, ਹਾਂ, ਇੱਥੇ ਲੋਕਲ ਬਛਿੰਦੇ ਆ ਕਿ ਉੱਧਰੋਂ ਆਏ ਆ? ਅਸੀਂ ਇੱਥੋਂ, ਸਾਡੇ ਬਜ਼ੁਰਗ ਗਏ ਸੀ ਅਤੇ ਇੱਥੇ ਵਾਪਸ ਆਏ, ਤਾਂ ਫਿਰ ਨਾਲ ਮੁਸਲਮਾਨਾਂ ਦਾ ਪਿੰਡ ਸੀ ਕੜਿਆਣਾ, ਇੱਥੇ ਬਹਿ ਗਏ ਆ ਕੇ, ਅਤੇ ਜ਼ਮੀਨ ਸਾਨੂੰ ਪਾਕਿਸਤਾਨ ਦੀ ਇੱਥੇ ਪੈ ਗਈ ਕੜਿਆਣੇ। ਅੱਛਾ ਜੀ, ਮਤਲਬ ਤੁਹਾਡੇ ਬਜ਼ੁਰਗ ਜਿਹੜੇ ਪਡੋਰੀ ਨਿਜਰਾਂ ਤੋਂ, ਜਦੋਂ ਪਡੋਰੀ ਨਿਜਰਾਂ ਤੋਂ ਗਏ ਸੀ ਪਾਕਿਸਤਾਨ, ਜਦੋਂ 12 ਅਲੋਟਮੈਂਟ ਹੋਈਆਂ, ਆਹ ਕਿਹੜਾ ਪਿੰਡ ਸੀ ਬਾਬਾ ਜੀ ਉੱਧਰ? ਉੱਧਰ ਸੀ 24 ਚੱਕ। ਅੱਛਾ ਜੀ, ਅਤੇ ਤਹਿਸੀਲ ਉਹਦੀ? ਉਕਾੜਾ। ਉਕਾੜਾ। ਅਤੇ ਜ਼ਿਲ੍ਹਾ? ਉਹਦੇ ਲਾਗੇ ਸੀਗਾ ਪਿੰਡ ਸੀ, ਕਾਫੀ ਪਿੰਡ ਸੀ ਫੌਜੀਆਂ ਦੇ ਇੱਧਰਲਿਆਂ ਦੇ, 14 ਚੱਕ ਸੀ, 13 ਸੀਗੀ ਮੁਸਲਮਾਨਾਂ ਦਾ ਪਿੰਡ, 15 ਸੀਗਾ ਜੱਟਾਂ ਦਾ ਪਿੰਡ, 16 ਵੀ ਸੀ, ਫਿਰ ਇੱਧਰ ਲੈਂਦੀ ਆ ਲੋ 26 ਚੱਕ ਸੀ ਮੁਸਲਮਾਨਾਂ ਦਾ, 27 ਵੀ ਮੁਸਲਮਾਨਾਂ ਦਾ ਸੀ, 28 ਵੀ ਮੁਸਲਮਾਨਾਂ ਦਾ ਸੀ, ਅਤੇ ਜਿਹੜੇ ਤੁਹਾਡੇ ਪਿੰਡ ਸੀਗਾ ਉਹ ਹੈ ਨਾ 24 ਚੱਕ, ਹਾਂ, ਉਹ ਕਿਹੜੇ ਕਿਹੜੇ ਪਿੰਡਾਂ ਦੇ ਜਾ ਕੇ ਬੰਦਿਆਂ ਨੇ ਵਾਦ ਕੀਤਾ ਸੀ? ਉਹ ਸੀਗੇ ਆਪਣੇ ਜਰ ਖਰੀਦ, ਗੌਰਮੈਂਟ ਤੋਂ ਕਿਸ਼ਤਾਂ 'ਤੇ ਲੈ ਕੇ ਜ਼ਮੀਨ ਆਬਾਦ ਕੀਤੀ, ਗੌਰਮੈਂਟ ਕਿਸ਼ਤਾਂ 'ਤੇ ਦਿੰਦੀ ਸੀ ਜ਼ਮੀਨ, ਉੱਥੇ ਸੀਗੇ ਕਦੋਲੇ ਦੇ ਘਰ ਸੀ 10-12 ਆ ਕਦੋਲਾ, ਫਿਰ ਪਡੋਰੀ ਨਿਜਰਾਂ ਦੇ ਸੀ 5-7 ਘਰ, ਇੱਕ ਦੋ ਘਰ ਉਹ ਪੱਟਣਾ ਕਰਤਾਰਪੁਰ ਕੋਲ ਸੀਗੀਆਂ, ਉੱਥੇ ਦੇ ਵੀ ਸੀਗੇ, ਅਤੇ ਬਾਕੀ ਉਹ 17 ਮੁਰੱਬਿਆਂ ਦਾ ਚੱਕ ਸੀਗਾ, 20 ਮੁਰੱਬੇ ਉਹ ਉੱਥੇ ਦੇ ਵਸਨੀਕ, ਉੱਥੇ ਦੇ ਜੰਮਪਲ ਸੀ ਲਾਲੇ, ਹਿੰਦੂ ਲਾਲੇ,
20 मरबे उन्हां दे सी ते 13 मरबे सीगे लुधियाने दी सरदार सी गजन सो वकील 13 मरबे उहदे सी ते बाकी 20-25 मरबे अपने जट्टां दे सी इधर कदोले दे कोई पडोरी रिजरा दे जो पतड़ा दे इदा सीगे। अच्छा बाबा जिहड़े पिंड दे आन चौधरी बंदे सीगे सिर कड्डवे ना पता ना दस्सियो उहनां दे ਉਹਨਾਂ ਦੇ ਹੁਣ ਲੰਬੜਦਾਰੀ ਤਾਂ ਇਹਨਾਂ ਕੋਲ ਲਾ ਰਿਆਂ ਕੋਈ ਸੀ ਜਿਹੜੇ ਸਿਰ ਕੱਢ ਜਿਹਨਾਂ 20 ਮਰਬੇ ਸੀ ਬਾਬੂ ਰਾਮ ਰੱਖਾ ਉਹ ਸੀ ਲੰਬੜਦਾਰ ਤੇ ਇੱਧਰ ਸਰਦਾਰ ਸੀਗਾ 13 ਮਰਬੇ ਦੇ ਸਰਦਾਰ ਗੱਜਣ ਸਿੰਘ ਸੀ ਵਕੀਲ ਇਹ ਸੀ ਸਿਰ ਕੱਢ ਲੁਧਿਆਣੇ ਦੇ ਤਾਂ ਉਹ ਜਿਹੜੇ ਬਾਬੂ ਰਾਮ ਰੱਖਾ ਸੀ 20 ਮਰਬੇ ਵਾਲੇ ਉਹ ਉੱਧਰਲੇ ਜੰਮ ਪੰਜ ਸੀ ਅੰਗਰੇਜ਼ਾਂ ਦੀ ਕਾਟ ਕੱਟੀ ਹੋਈ ਸੀ ਇੱਕ ਮਰਬਾ ਪੂਰਾ ਪਿੰਡ ਦਾ ਛੱਡਿਆ ਸੀ ਤੇ ਉਹਦੇ ਬਾਹਰਲੇ ਬੰਨੇ ਫਿਰ ਜ਼ਮੀਨ ਸ਼ੁਰੂ ਹੁੰਦੀ ਸੀ ਬਾਹਰਲੇ ਅੰਗਰੇਜ਼ਾਂ ਦੀ ਕਾਟ ਸੀ ਮਰਬੇ ਚੌਰਸ ਕੱਟੇ ਹੋਏ ਸੀ 25-25 ਕਿੱਲਿਆਂ ਦੇ ਤੇ ਚੌਰਸ ਸੜਕਾਂ ਬੜੀਆਂ ਚੌੜੀਆਂ ਸੀ ਪਿੰਡ 'ਚ ਪਿੰਡ ਦੇ ਵਿਚਾਲੇ ਖੂਹ ਸੀ ਪਾਣੀ ਵਾਲਾ ਉਹਦੇ ਵਿਚਾਲੇ ਉਹਦੇ ਚਾਰ ਸਵੇਰੇ ਨਿਗਾਹ ਪੈ ਜਾਂਦੇ ਸਾਰੀਆਂ ਸੜਕਾਂ ਨੂੰ ਇੱਦਾਂ ਅੰਗਰੇਜ਼ਾਂ ਦੀ ਕਾਟ ਕੱਟੀ ਹੋਈ ਸੀ ਸਾਰੇ ਬਣੇ ਦੇਸ਼ ਠੀਕ ਆ ਅਤੇ ਬਾਬਾ ਜੀ ਜਿਹੜੀਆਂ ਬਰਾਦਰੀਆਂ ਪਿੰਡ 'ਚ ਕਿਹੜੀਆਂ ਸੀਗੀਆਂ ਹੋਰ ਰਹਿੰਦੀਆਂ ਬਰਾਦਰੀਆਂ ਤਾਂ ਇਹ ਸੀਗੇ ਲਾਲੇ ਹਿੰਦੂ ਵੀ ਸੀਗੇ ਫਿਰ ਮੁਸਲਮਾਨ ਵੀ ਥੋੜ੍ਹੇ ਬਹੁਤ ਸੀ ਮੁਸਲਮਾਨਾਂ ਦੀ ਜ਼ਮੀਨ ਨਹੀਂ ਸੀ ਸਾਡੇ ਪਿੰਡ ਹੈਂ ਆਹੋ ਅਤੇ ਮਹਿਰੇ ਵੀ ਸੀ ਪਾਣੀ ਦੇਣ ਵਾਲੇ ਕਈ ਬਰਾਦਰੀਆਂ ਸੀਗੀਆਂ ਤਖਾਣ ਵੀ ਸੀ ਆਪਣੇ ਅਸੀਂ ਪੀ ਕਰਨ ਵਾਲੇ ਹਲ ਸੁਹਾਗੇ ਬਣਾਉਣ ਵਾਲੇ ਉਦੋਂ ਖੇਤੀ ਇਹਨਾਂ ਨਾਲ ਕਰਦੇ ਸੀ ਘੁਮਾਰ ਵੀ ਸੀਗੇ ਆ ਵੀ ਲਾ ਕੇ ਭਾਂਡੇ ਬਣਾਉਣ ਵਾਲੇ ਮੁਸਲਮਾਨ ਘੁਮਾਰ ਸੀਗੇ ਪਤਾ ਬਾਬਾ ਜੀ ਉਹਨਾਂ ਦੇ ਮੁਸਲਮਾਨ ਜਿਹੜੇ ਰਹਿੰਦੇ ਸੀਗੇ ਉੱਥੇ ਉਹ ਜਿਹੜਾ ਚੇਪੀ ਕਰਦਾ ਸੀ ਸ਼ਰਫਜੀਤ ਲੋਹਾਰ ਉਹਦੇ ਮੁੰਡੇ ਸੀ ਅੱਲਾ ਰੱਖਾ ਸਾਡਾ ਹਣੀ ਇੱਕ ਫੀਸ ਸੀ ਉਹਦਾ ਮੁੰਡਾ ਅਤੇ ਸ਼ਰਫਜੀਤ ਲੋਹਾਰ ਤਕੜਾ ਸੀ ਉਹ ਚੇਪੀ ਕਰਦੇ ਸੀ ਖੇਤੀ ਦੇ ਸੰਦਾਂ ਦੀ ਠੀਕ ਆ ਅਤੇ ਬਾਬਾ ਜੀ ਪੜ੍ਹੇ ਵੀ ਆ ਪੜ੍ਹੇ ਮੈਂ 7ਵੀਂ ਜਮਾਤ ਤੋਂ ਹਟ ਗਿਆ ਸੀ ਉਹਦੇ ਕੰਮਾਂ ਦੇ ਲਾਲਚ ਸੀਗੇ ਅੱਛਾ 7 ਪੜ੍ਹੇ ਆ ਉੱਥੇ ਦੀਆਂ ਮੈਂ 7 ਤੋਂ 7 ਚੋਂ ਹਟ ਗਿਆ ਸੀ ਹਟ ਗਏ ਸੀ ਉੱਥੇ ਹੈ ਨਾ ਮਤਲਬ 47 ਤੋਂ ਪਹਿਲਾਂ ਹੀ 7ਵੀਂ ਹਟ ਗਏ ਹੈ ਨਾ 47 ਤੋਂ ਪਹਿਲਾਂ ਹੀ ਅੱਛਾ ਜੀ ਪਿੰਡ ਹੀ ਸੀਗਾ ਸਪੂਰ ਹਾਂ ਪਿੰਡ ਹੀ ਸੀਗਾ ਨਾ ਫੌਜੀਆਂ ਦਾ ਪਿੰਡ ਸੀ ਲਾਗੇ 23 ਚੱਕ ਚੜ੍ਹਦੇ ਬੰਨੇ ਉੱਥੇ ਸੀਗਾ ਸਕੂਲ ਅੱਛਾ ਜੀ ਤੇ ਜਿਹੜਾ ਜੱਟਾਂ ਦਾ ਪਿੰਡ ਸੀ 23 ਚੱਕ ਅੱਛਾ ਜੀ ਉੱਥੇ ਸੀਗਾ ਸਕੂਲ ਉੱਥੇ ਜਾਂਦੇ ਸੀ ਲੋਕ ਮਾਸਟਰ ਜਿਹੜੇ ਤੁਹਾਨੂੰ ਪੜ੍ਹਾਉਂਦੇ ਨਾਂ ਨੂੰ ਚੇਤੇ ਕੋਈ ਉਹ ਚੇਤੇ ਆ ਇੱਕ ਤਾਂ ਉੱਥੇ 23 ਚੱਕ ਦਾ ਸੀਗਾ ਬਰਕਤ ਮਸੀਹ ਬਹੁਤ ਚੰਗਾ ਸੀ ਉਹ ਸਾਈ ਸੀਗਾ ਅਤੇ ਇੱਕ ਹਿੰਦੂ ਸੀਗਾ ਉਹਦਾ ਨਾਮ ਮੈਨੂੰ ਮਾੜਾ ਜਿਹਾ ਭੁੱਲ ਗਿਆ ਹਿੰਦੂ ਮਾਸਟਰ ਸੀ ਉਹ ਵੱਡਾ ਮਾਸਟਰ ਸੀ ਦੋ ਹੀ ਮਾਸਟਰ ਸੀ ਚੌਥੀ ਜਮਾਤ 'ਤੇ ਸਕੂਲ ਸੀਗਾ ਜਿਹੜੇ ਮੁੰਡੇ ਨਾਲ ਤੁਹਾਡੇ ਨਾਲ ਪੜ੍ਹਦੇ ਸੀਗੇ ਉਹ ਵੀ ਕੁਛ ਉਹ 23 ਚੱਕ ਦੇ ਸੀ ਮੁੰਡੇ ਕੁਛ ਇੱਥੇ ਦੇ ਸਾਡੇ ਪਿੰਡ ਦੇ ਸੀਗੇ ਕਦੋਲੇ ਆ ਧਰਮਿਆਂ ਦੇ ਕੁਝ ਉੱਧਰਲੇ ਜਿਹੜੇ ਵਸਨੀਕ ਰਹਿੰਦੇ ਆ ਉਧਰਲੇ ਵਸਨੀਕ ਸੀਗੇ ਮੁਸਲਮਾਨਾਂ ਦੇ ਹੈ ਨਾ ਉਹ ਨਾਂ ਨੂੰ ਕਿਸੇ ਦਾ ਪਤਾ ਜਿਹੜਾ ਤੁਹਾਡੇ ਉਹ ਹਮ ਉਮਰ ਸੀਗੇ ਜਿਹੜੇ ਪੜ੍ਹਦੇ ਸੀਗੇ ਪੜ੍ਹਦੇ ਪਤਾ ਹੀ ਆ ਫਿਰ ਉਹ ਇੱਕ ਤਾਂ ਇੱਥੇ ਦਾ ਸੀਗਾ ਚਰਨਦਾਸ ਆ ਧਰਮੀ ਕਦੋਲੇ ਦਾ ਇੱਕ ਪ੍ਰੀਤਮ ਦਾਸ ਸੀਗਾ ਇੱਕ ਤੇਜ਼ ਰਾਮ ਸੀਗਾ ਇੱਦਾਂ ਦੇ 5-7 ਦੀ ਮੁੰਡੇ ਜੱਟਾਂ ਦੇ ਮੁੰਡੇ ਭਜਨ ਸੀਗਾ ਕਰਮ ਸਿੰਘ ਸੀਗਾ ਇੱਦਾਂ ਦੇ ਮੁੰਡੇ ਕਾਫੀ ਸੀ ਜਿਹੜੇ ਮੁਸਲਮਾਨਾਂ ਦੇ ਵੀ ਨਾਲ ਪੜ੍ਹਦੇ ਸੀ ਉਹਨਾਂ ਦੇ ਵੀ ਅੱਲਾ ਰੱਖਾ ਸੀਗਾ ਫੀਜ ਸੀ ਉਹਦਾ ਭਰਾ ਅਤੇ ਇੱਕ ਕਬੀਰ ਸੀਗਾ ਮੁਸਲਮਾਨ ਮੁੰਡਾ ਉਹ ਵੀ ਅਤੇ ਹਾਂ ਸਾਡੇ 24 ਚੱਕ ਦੇ ਵਿੱਚ ਰਹਿੰਦੇ ਸੀ ਪਿੰਡ 'ਚ ਖਰਾਸ ਸੀਗਾ ਹਾਂ ਖਰਾਸ ਸੀਗਾ ਦੋ ਖਰਾਸ ਸੀ ਇਹਦੇ ਸ਼ਰਫਜੀਤ ਲੋਹਾਰ ਦੇ ਅੱਛਾ ਜੀ ਜੋ ਉਦੋਂ ਕਿਹੜੀਆਂ ਚੱਕੀਆਂ ਸੀ ਖਰਾਸ ਨਾਲ ਪੀ ਕੇ ਖਾਂਦੇ ਸੀ ਬਾਬਾ ਜੀ ਤੁਹਾਡੀ ਜ਼ਮੀਨ ਕਿੰਨੀ ਸੀ ਉੱਧਰ ਫਿਰ ਸਾਡਾ 1.5 ਮਰੱਬਾ ਸੀਗਾ ਸਾਡੇ ਬਾਪ ਦੋ ਭਰਾ ਸੀ ਅੱਛਾ ਜੀ 1.5 ਮਰੱਬਾ ਮਿਲਿਆ ਹਾਂ 1.5 ਮਰੱਬਾ ਮੁੱਲ ਲਿਆ ਸੀ ਉਹ
ਜਿਹੜੇ ਆਲੇ ਦੁਆਲੇ ਫੌਜੀਆਂ ਦੇ ਪਿੰਡ ਵੀ ਸੀ ਜਿਹੜੇ ਭਰਤੀ ਸੀਗੇ ਰਿਟਾਇਰ ਹੋ ਕੇ ਆਏ ਤਾਂ ਸਾਡਾ ਪਿੰਡ ਜਿਹੜਾ ਜਰਖਰੀ ਸੀ ਇਹ ਮੁੱਲ ਦੀ ਜ਼ਮੀਨ ਸੀ ਕਿਸ਼ਤਾਂ 'ਤੇ ਲਈ ਜਿੰਨੇ ਸਾਡੇ ਪਿੰਡ 'ਚ ਵੱਸਦੇ ਸੀ ਠੀਕ ਆ ਅਤੇ ਉਹ ਖੇਤੀਬਾੜੀ ਕਰਦੇ ਯੋਗਾਂ ਕਿੰਨੀਆਂ ਸੀਗੀਆਂ ਯੋਗਾਂ ਸਾਡੇ ਕੋਲ ਦੋ ਸੀਗੀਆਂ ਦੋ ਹੀ ਤੁਹਾਡੇ ਚਾਚੇ ਅਤੇ ਤੁਹਾਡੇ ਪਿਤਾ ਜੀ ਜਿਹੜੇ ਠੀਕ ਆ ਤੁਸੀਂ ਵੀ ਹੱਥ ਪਾ ਲੈਂਦੇ ਸੀ ਕਿ ਨਹੀਂ ਅਸੀਂ ਤਾਂ ਫਿਰ ਕਾਫੀ ਕੰਮ ਫਿਰ ਕੀਤਾ ਪੰਜ ਛੇ ਸਾਲ ਕੀਤਾ ਹੋਊਗਾ ਕੰਮ ਅੱਛਾ ਜੀ ਉਹਨਾਂ ਦੇ ਨਾਲ ਲੇਬਰ ਦੀ ਉੱਧਰ ਕਮੀ ਸੀ ਅਤੇ ਫਿਰ ਇਸੇ ਦੁੱਖ ਪੜ੍ਹਨ ਉਹ ਬਿਠਾਈ ਜਾਂਦੇ ਸੀ ਲੋਕ ਇੱਦਾਂ ਫਿਰ ਠੀਕ ਆ ਬਾਬਾ ਜੀ ਉੱਥੇ ਜਿਹੜੇ ਫਸਲ ਬਾੜੀ ਕਿਹੜੀ ਕਿਹੜੀ ਸੀਗੀ ਹੁੰਦੀ ਫਸਲ ਬਾੜੀ ਇੱਥੇ ਡਰਮਾ ਕਪਾਹ ਅਤੇ ਕਣਕ ਅਤੇ ਕੋਈ ਗੁੜ ਕੜ ਵਾਸਤੇ ਇੱਕ ਮਾਹ ਥੋੜ੍ਹਾ ਬਹੁਤ ਬੀਜ ਲੈਂਦੇ ਸੀ ਹੋਰ ਕੋਈ ਆਹੋ ਅਤੇ ਇਹ ਨਹੀਂ ਸੀ ਮਿੱਲ ਕੋਈ ਨਹੀਂ ਸੀ ਗੰਨੇ ਦੀ ਨੇੜੇ ਹੈ ਨਹੀਂ ਸੀ ਪਾਣੀ ਨਹਿਰੀ ਸੀ ਅੱਛਾ ਜੀ ਉਹ ਜਿਹੜਾ ਟੂਵੈਲ ਰਜਵਾ ਸੀ ਨਾ ਇੱਧਰ ਵੱਡੀ ਨਹਿਰ 'ਚੋਂ ਨਿਕਲ ਕੇ ਆਉਂਦਾ ਸੀ ਐਂ ਜਾਂਦਾ ਸਾਡੇ ਪਿੰਡ ਦੇ ਇੱਧਰ ਦੇ ਬੰਨੇ ਕੋਲ ਦੀ ਲੰਘਦਾ ਸੀ ਉਹਦਾ ਪਾਣੀ ਅੱਠੀ ਦਿਨੀ ਵਾਰੀ ਪੂਰੇ ਮਰੱਬੇ ਨੂੰ ਅੱਠੀ ਦਿਨੀ ਵਾਰੀ ਆਉਂਦੀ ਸੀ 12 ਘੰਟੇ ਅੱਧੇ ਮਰੱਬੇ ਨੂੰ 6 ਘੰਟੇ ਜਿਹੜਾ ਅੱਧਾ ਉਹਨੂੰ 6 ਘੰਟੇ ਜਿਹੜਾ ਪੂਰਾ ਉਹਨੂੰ 12 ਜਿਹਦੇ ਉਦੋਂ ਉੱਤੇ 12 ਘੰਟੇ ਪੂਰੇ ਮਰੱਬੇ ਦੀ ਅੱਛਾ ਮਤਲਬ ਪਾਣੀ ਪੂਰਾ ਤਾਂ ਨਹੀਂ ਹੁੰਦਾ ਹੋਣਾ ਖੇਤਾਂ ਨੂੰ ਪਾਣੀ ਅੱਠੀ ਦਿਨੀ ਪਾਣੀ ਆਉਂਦਾ ਸੀ ਪਾਣੀ ਦੀ ਕਮੀ ਕੋਈ ਨਹੀਂ ਸੀ ਅੱਛਾ ਪਾਣੀ ਬਹੁਤ ਇੱਧਰ ਨੂੰ ਲਾਹੂ ਆਉਂਦਾ ਸੀ ਪਾਣੀ ਚੰਗਾ ਪੈਂਦਾ ਸੀ ਮਤਲਬ ਜ਼ਿਆਦਾ ਸੀ ਉਹਦੀ ਜ਼ਿਆਦਾ ਸੀ ਪਾਣੀ ਅੱਛਾ ਮਤਲਬ ਵਧੀਆ ਗੁਜ਼ਾਰੇ ਹੋਈ ਜਾਂਦੇ ਸੀਗੇ ਬਹੁਤ ਹੁਣ ਤਾਂ ਲੋਕ ਸੌਖੇ ਸੀ ਜੋ ਨਾ ਬਹੁਤ ਅੱਛਾ ਜੀ ਹੁਣ ਸੌਖੇ ਸੀਗੇ ਅਤੇ ਹੁਣ ਤਾਂ ਬੀਜ ਵੀ ਹੁਣ ਨਵੇਂ ਨਿਕਲਣ ਲੱਗ ਪਏ ਸੀ ਅਤੇ ਸੌਖੇ ਸੀ ਕਣਕ ਉਣਕ ਜੇ ਨਰਮੇ ਜੇ ਠੀਕ ਆ ਅਤੇ ਬਾਬਾ ਜੀ 47 ਤੋਂ ਪਹਿਲਾਂ ਕੋਈ ਜਿਹੜਾ ਉੱਥੇ ਮੇਲਾ ਮੁੱਲਾ ਕਿੱਥੇ ਲੱਗਦਾ ਸੀਗਾ ਮੇਲਾ ਸਾਡੀ ਜ਼ਮੀਨ ਦੇ ਲੈਂਦੇ ਬੰਨੇ ਇੱਧਰ ਨਾਲ ਸੀ ਬਾਬਾ ਫਤੂਲੇ ਸ਼ਾਹ ਮੁਸਲਮਾਨ ਉਹਦੇ ਭਰਾ ਸੀ ਇੱਕ ਬਰਿਆਮ ਅਤੇ ਇੱਕ ਅਕਬਰ ਉਹਦੇ ਜਿਹੜੀ ਬਾਬੇ ਫਤੂਲੇ ਸ਼ਾਹ ਦੇ ਘਰ ਵਾਲੀ ਸੀ ਉਹਦੇ ਵੀ ਦਾੜੀ ਸੀ ਆਹੋ ਅਸੀਂ ਆਪ ਅੱਖੀ ਦੇਖਦੇ ਰਹੇ ਨਾ ਤਾਂ ਉਹ ਉੱਥੇ ਮੇਲਾ ਵੀ ਲੱਗਦਾ ਸੀ ਰੱਖੜ ਪੁੰਨਿਆਂ 'ਤੇ ਅਤੇ ਉਹਨਾਂ 'ਤੇ ਖੂਹ ਲਾਇਆ ਸੀ ਨਿੱਕੀਆਂ ਇੱਟਾਂ ਦਾ ਉਹ ਟਿੰਡਾਂ ਵਾਲਾ ਜਿਹੜਾ ਗੇੜ ਕੇ ਪਾਣੀ ਪੀਂਦੇ ਆ ਉਹਨੂੰ ਡੇਰੇ ਨੂੰ ਮਰੱਬਾ ਉਹਨੇ ਲਿਆ ਸੀ ਆਪਣਾ ਡੇਰੇ ਮਰੱਬਾ ਇੱਕ ਮਿਲਿਆ ਆਹੋ ਉਹ ਸਾਡੇ ਪਿੰਡ ਦੇ ਐਵੇਂ 500-600 ਕਰਮ 'ਤੇ ਨੇੜੇ ਸੀ ਡੇਰਾ ਦੋ ਢਾਈ ਮਰੱਬੇ ਦੂਰ ਸੀ ਪਿੰਡੋਂ ਇੱਕ ਉੱਥੇ ਮੇਲਾ ਲੱਗਦਾ ਸੀ ਨਾ ਆਹੋ ਕਬੱਡੀਆਂ ਵੀ ਹੁੰਦੀਆਂ ਸੀ ਉੱਥੇ ਕਬੱਡੀਆਂ ਵੀ ਹੁੰਦੀਆਂ ਸੀ ਅਬ ਜਿਹੜੇ ਮੁੰਡੇ ਖੇਡਦੇ ਖੁੱਲਦੇ ਆਪਣੇ ਜੱਟਾਂ ਦੇ ਵੀ ਮੁਸਲਮਾਨਾਂ ਦੇ ਵੀ ਲੋਕ ਨਰੋਏ ਸੀ ਜਵਾਨਾਂ ਤਕੜੇ ਸੀ ਤਕੜੇ ਸੀ ਲੋਕ ਕਿਉਂਕਿ ਬਾਬਾ ਜੀ ਉਦੋਂ ਦੱਸਦੇ ਆ ਵੀ ਦੁੱਧ ਦੁੱਧ ਤਾਂ ਕੋਈ ਵੇਚਦਾ ਨਹੀਂ ਸੀ ਸਭ ਜ਼ੋਰ ਮਾਰਨਾ ਤਾਂ ਅਸੀਂ ਨਹੀਂ ਦੇਖਿਆ ਸਾਡੇ ਪਿੰਡ 'ਚ ਐਵੇਂ ਝੂਠ ਮਾਰੀਏ ਦੁੱਧ ਵਾਲਾ ਕੋਈ ਅੱਛਾ ਵੇਚਦਾ ਨਹੀਂ ਦੇਖਿਆ ਨਹੀਂ ਦੇਖਿਆ ਠੀਕ ਆ ਅਤੇ ਬਾਬਾ ਜੀ 47 ਤੋਂ ਪਹਿਲਾਂ ਜਾਂ ਪਿੰਡਾਂ 'ਚ ਜਿੱਦਾਂ ਤੁਸੀਂ ਦੱਸਿਆ ਵੀ ਲਾਗੇ ਲਾਗੇ ਪਿੰਡ ਸੀ ਨਾ ਮੁਸਲਮਾਨਾਂ ਦੇ ਕੋਈ ਮਜ਼ਹਬੀ ਲੜਾਈ ਝਗੜਾ ਤਾਂ ਨਹੀਂ ਹੋਇਆ ਧਰਮ ਦੇ ਆਧਾਰ 'ਤੇ ਕੋਈ ਨਹੀਂ ਸਭ ਲੋਕ ਰਲ ਕੇ ਜਵਾਨਾਂ ਇਹ ਤਾਂ ਮਗਰੋਂ ਹੀ ਹਵਾ ਵਗੀ ਆ ਰਲ ਕੇ ਲੋਕ ਬਹੁਤ ਰਹਿੰਦੇ ਸੀ ਅੱਛਾ ਜੀ ਮਤਲਬ ਪਹਿਲਾਂ ਕੁਛ ਨਹੀਂ ਸੀਗਾ ਪਹਿਲਾਂ ਕੋਈ ਨਹੀਂ ਸੀ ਝਗੜਾ ਇਹ ਭਰਾਵਾਂ ਵਾਂਗੂ ਲੋਕ ਰਹਿੰਦੇ ਸੀ ਅਤੇ ਜੇ ਕਿਸੇ ਦਾ ਕੋਈ ਗੱਲਬਾਤ ਹੋ ਗਈ ਪੰਚਾਇਤ ਦੇ ਬਹੁਤ ਲੋਕ ਪੂਰੇ ਸੀ ਪੰਚਾਇਤ 'ਚ ਜਿਹੜੀ ਗੱਲ ਹੋ ਗਈ ਉਹ ਮੰਨ ਲੈਂਦੇ ਸੀ ਜਿਹੜੇ ਉਹ ਲੋਕ ਸੀਗੇ ਹੁਣ ਕੋਈ ਨਹੀਂ ਮੰਨਦਾ ਨਾ ਨਹੀਂ ਹੁਣ ਨਹੀਂ ਮੰਨਦਾ ਉਹ ਪੰਚਾਇਤ ਦੇ ਬਹੁਤ ਪੂਰੇ ਸੀ ਲੋਕ ਉਹ ਮੰਨਦੇ ਸੀ ਵੀ ਵੱਡਿਆਂ ਦੀ ਗੱਲ ਦਾ ਕੋਈ ਹੁਣ ਤਾਂ ਜ਼ਮਾਨਾ ਹੀ ਬਦਲ ਗਿਆ ਹੁਣ ਤਾਂ ਹੋਰ ਗੱਲ ਹੋ ਗਈ ਅੱਛਾ ਬਾਬਾ ਜੀ ਪਰਿਵਾਰ ਨੂੰ ਫਿਰ ਕਿੱਦਾਂ ਪਤਾ ਲੱਗਾ ਵੀ ਹੁਣ ਸਾਨੂੰ ਛੱਡਣਾ ਪੈਣਾ ਹੈ ਨਾ ਪਰਿਵਾਰ ਨੂੰ ਤਾਂ ਇੱਦਾਂ ਆਵਾਜ਼ ਜਾਂ ਪਹਿਲਾਂ ਨਿਕਲਦੀ ਅਸੀਂ ਨਾ 2 ਕੁ ਮਹੀਨੇ ਪਹਿਲਾਂ ਚਾਲੂ ਹੋਇਆ ਸੀ ਕੰਮ ਅਤੇ ਇੰਨਾ ਨਹੀਂ ਸੀ ਪਤਾ ਵੀ ਅਸੀਂ ਇੱਥੇ ਉੱਠ ਜਾਣਾ ਇੱਦਾਂ ਲੋਕਾਂ ਨੂੰ ਸੀ ਵੀ ਖਬਰੇ ਮਾੜੀ ਮੋਟੀ ਹਵਾ ਜੀ ਫਿਰ ਕੇ ਅਤੇ ਹਟ ਜਾਣੀ ਆ ਫਿਰ ਹਟੀ ਨਹੀਂ ਅੱਛਾ ਕਿਉਂਕਿ ਇਹ ਦੁਨੀਆਂ ਦੇ ਇੱਕ ਇਤਿਹਾਸ 'ਚ ਪਹਿਲੀ ਵਾਰੀ ਆ ਵੀ ਜਿਹੜੀ ਦੇਸ਼ ਦਾ ਵੰਡ ਹੋਏ ਆ ਉਹਦੇ ਨਾਲ ਵਸੋ ਵੀ ਗਈ ਆ ਬਿਲਕੁਲ ਅੱਛਾ ਤਾਂ ਕਿੱਦਾਂ ਉੱਠੇ ਕਿੱਦਾਂ ਫਿਰ ਕਿੱਥੇ ਉੱਠੇ ਤਾਂ ਇੱਦਾਂ ਫਿਰ ਮੁਸਲਮਾਨਾਂ ਨੂੰ ਵੀ ਕੁਦਰਤੀ ਜਿਹੜੀ ਹਵਾ ਅਸੀਂ ਆਈ ਉਹ ਵੀ ਝਗੜਨ ਨੂੰ ਤਿਆਰ ਹੋ ਗਏ ਸੁਖੀ ਵੱਸਦੇ ਝਗੜਨ ਨੂੰ ਤਿਆਰ ਹੋਵੇ ਇੱਦਾਂ ਦੀ ਹਵਾ ਵਗੀ ਫਿਰ ਲੋਕ ਕਾਹਲੇ ਹੋ ਗਏ ਵੀ ਇੱਥੇ ਰਹਿ ਨਹੀਂ ਸਕਣਾ ਵੀ ਉੱਠ ਜਾਓ ਫਿਰ ਉੱਠ ਗਏ
लोग जिहड़े सियाणे सी ना विच उहनां नूं इह गल साबित हो गई भाई इत्थे असीं आपां हुण रहि नहीं सकदे। फिर उत्थों पिंड जिहड़ा सीगा भरे भराए घर छड्डदे भरे भराए जवाना जिदा इत्थे आपां हुण बैठे इदा उठ जाणा होर की गड्डियां ते की लत लैणा सी ਵੀ ਥੋੜ੍ਹਾ ਬਹੁਤ ਜੋੜੀਆਂ ਵਾਲੇ ਤਾਂ ਗੱਡੇ ਹੁੰਦੇ ਸੀ ਉਹ ਪਹੀਆਂ ਲੱਕੜੀ ਦੇ ਪਹੀਆਂ ਵਾਲੇ ਅੱਛਾ ਜੀ ਅਤੇ ਜਿਹੜੇ ਮਹੀਆਂ ਸੀਗੀਆਂ ਮਹੀਆਂ ਜਿਹੜੀ ਕੋਈ ਕੰਮ ਜੀ ਇੱਕ ਦੋ ਸੀ ਉਹ ਗੱਡਿਆਂ ਨੇ ਬੰਨ ਬੁੰਨ ਲਈ ਜੀ ਅੱਛਾ ਜੀ ਅਤੇ ਬਾਕੀ ਆਪਣੇ ਆਟਾ ਕਣਕ ਰੱਖ ਲਈ ਬੋਰੀ ਖੰਡ ਦੋ ਬੋਰੀਆਂ ਜਾਂ ਤਾਂ ਲੀੜੇ ਲੂੜੇ ਪੇਟੀ ਪੂਟੀ 'ਚ ਉਹ ਰੱਖ ਲਏ ਹੋਰ ਕੀ ਰੱਖਣਾ ਫਿਰ ਕੈਂਪ ਕਿੱਥੇ ਲੱਗਾ ਬਾਬਾ ਜੀ ਕੈਂਪ ਲੱਗਾ ਅਸੀਂ ਤਾਂ ਇੱਧਰ ਫਾਜ਼ਿਲਕੇ ਜਿਉਂ ਤੁਰੇ ਹਾਂ ਨਾ ਫਿਰ ਇੱਦਾਂ ਜਿੱਥੇ ਕਿ ਬ੍ਰੇਕ ਲੱਗਦੀ ਰਹੀ ਰੋਗ ਨਾਲ ਰਲੀ ਗਏ 15-16 ਮੀਲ ਲੰਮਾ ਕਾਫਲਾ ਹੋ ਗਿਆ ਸਾਡਾ ਜਿੱਦਾਂ ਇੱਦਾਂ ਨਿਕਲੀ ਗਏ ਨਾ ਅਤੇ ਨਾਲ ਪਿੰਡ ਨਿਕਲ ਨਿਕਲ ਕੇ ਰਲਦੇ ਹੈ ਅਤੇ ਸਾਡਾ ਤਾਂ ਫਿਰ ਅਸੀਂ ਬ੍ਰੇਕ ਤਾਂ ਇੱਧਰ ਫਾਜ਼ਿਲਕੇ ਵਾਲੀ ਲੱਗੀ ਵੀ ਜਾ ਕੇ ਫਾਜ਼ਿਲਕੇ ਬੰਗਲਾ ਜਿਹੜਾ ਨਾ ਹਾਂ ਹਮਲਾ ਹੁਮਲਾ ਤਾਂ ਨਹੀਂ ਕੀਤਾ ਕਾਫਲੇ ਦੇ ਗਏ ਨੇ ਨਹੀਂ ਕਿਸੇ ਨਹੀਂ ਕੀਤਾ ਸਾਡੋਂ ਬਾਅਦ ਪਿੱਛੇ ਹੁੰਦੇ ਰਹੇ ਬਾਅਦ 'ਚ ਸਾਡੇ ਕਾਫਲੇ 'ਤੇ ਕਿਸੇ ਨੇ ਕੁਛ ਨਹੀਂ ਕੀਤਾ ਬਹੁਤ ਲੰਮਾ ਕਾਫਲਾ ਸੀ ਮਿਲਟਰੀ ਮੁਲਟਰੀ ਨੇ ਨਾਲ ਆਏ ਇਹਦੀ ਮਿਲਟਰੀ ਸੀ ਪਟਿਆਲੇ ਵਾਲੇ ਦੇ ਸੀਗੇ ਥੋੜ੍ਹੇ ਬਹੁਤ ਪਟਿਆਲੇ ਵਾਲੇ ਮਹਾਰਾਜ ਜਿਹੜਾ ਹਾਂ ਮਹਾਰਾਜ ਦੇ ਹੋਰ ਆਪਣੀ ਸਰਕਾਰ ਦੇ ਕੋਈ ਨਹੀਂ ਸੀ ਠੀਕ ਆ ਅਤੇ ਫਿਰ ਜਦੋਂ ਉੱਥੋਂ ਪਿੰਡੋਂ ਤੁਰੇ ਹਾਂ ਨਾ ਪਹਿਲਾਂ ਫਾਜ਼ਿਲਕੇ ਬੰਗਲੇ ਆਏ ਉੱਥੇ ਰਾਤ ਰੁਕੇ ਉਹ ਇੱਦਾਂ ਤੁਰੇ ਆਏ ਗਰਮੀ 'ਚ ਗੱਡੇ ਥੱਕੀ ਆਏ ਅਤੇ ਨਾਲ ਲੋਕ ਵੀ ਰਲੀ ਆਏ ਪਿੰਡ ਉੱਠ ਕੇ ਨਾਲ ਰਲੀ ਆਏ ਅਤੇ ਫਿਰ ਇੱਕ ਰਾਤ ਖੈਰ ਫਾਜ਼ਿਲਕੇ ਤੋਂ ਪਿੱਛੇ ਵੀ ਰਹੇ ਅਤੇ ਫਿਰ ਫਾਜ਼ਿਲਕੇ ਆ ਕੇ ਫਿਰ ਇੱਧਰ ਜਿਹੜੀਆਂ ਜਨਾਨੀਆਂ ਸੀ ਬੁੜੀਆਂ ਫਿਰ ਗੱਡੀ 'ਤੇ ਚੜ੍ਹਾਤੀਆਂ ਸੀ ਫਿਰ ਗੱਡੇ ਲੈ ਕੇ ਤੁਰੇ ਆਏ ਬੰਦੇ ਜਿਹੜੇ ਸੀ ਅੱਛਾ ਆਪਣੇ ਜਿਹੜੇ ਪਰਿਵਾਰ ਦੀਆਂ ਬੱਚੇ ਅਤੇ ਔਰਤਾਂ ਤੁਸੀਂ ਫਾਜ਼ਿਲਕੇ ਬੰਗਲੇ ਤੋਂ ਫਾਜ਼ਿਲਕੇ ਤੋਂ ਅੱਛਾ ਜੀ ਕਿੱਥੇ ਨੂੰ ਟ੍ਰੇਨ ਆਉਂਦੀ ਸੀ ਉਹ ਮੇਰੇ ਖਿਆਲ ਇੱਧਰ ਜਲੰਧਰ ਨੂੰ ਆਉਂਦੀ ਸੀ ਅੱਛਾ ਜੀ ਆਪਾਂ ਤੁਸੀਂ ਪਿੱਛੇ ਗੱਡਿਆਂ 'ਤੇ ਆਏ ਨਾ ਗੱਡਿਆਂ 'ਤੇ ਆਏ ਇੱਧਰ ਫਿਰ ਪਿੱਛੇ ਆਪਣੇ ਪਿੰਡਾਂ ਨੂੰ ਵਾਪਸ ਹੋ ਗਏ ਨਾ ਹਾਂ ਉਹਨਾਂ ਦਸਤਾ ਪਰਿਵਾਰ ਨੂੰ ਵੀ ਆਪਣੇ ਪਿੰਡ ਜਿਹੜੇ ਪੁਰਾਣੇ ਆਹੋ ਤਾਂ ਤੁਸੀਂ ਬਾਬੇ ਜਦੋਂ ਤੁਹਾਡਾ ਪਰਿਵਾਰ ਟ੍ਰੇਨ 'ਚ ਆ ਗਿਆ ਨਾ ਅਤੇ ਜਿਹੜੇ ਤੁਹਾਡੇ ਤੁਸੀਂ ਆ ਨਾ ਜਾਂ ਤੁਹਾਡੇ ਜਿਹੜੇ ਜਿਹੜੇ ਗੱਡੇ ਸੀਗੇ ਉਹ ਕਿੰਨੇ ਚਿਰ ਬਾਅਦ ਇੱਥੇ ਪਹੁੰਚੇ ਫਿਰ ਅਸੀਂ ਤਾਂ ਜਵਾਨਾਂ ਇਹ ਸਮਝ ਲਾ ਵੀ ਭਾਦੋਂ ਦੀ ਸੰਗਰਾਂਦ ਨੂੰ ਤੁਰੇ ਹਾਂ ਉੱਥੋਂ ਅਤੇ ਅੱਸੂ ਦੀ ਸੰਗਰਾਂਦ ਨੂੰ ਇੱਥੇ ਪਹੁੰਚੇ ਹਾਂ ਅੱਛਾ ਮਤਲਬ ਮਹੀਨਾ ਲੱਗ ਗਿਆ ਮਹੀਨਾ ਹੀ ਲੱਗ ਗਿਆ ਬਾਰਿਸ਼ ਬੜੀ ਹੁੰਦੀ ਆ ਜੀ ਇੱਥੇ ਮੁਸਲਮਾਨ ਬਹੁਤ ਬੈਠਾ ਸੀਗਾ ਨੀਵੇਂ ਜੱਥਾ ਲੁਧਿਆਣੇ ਉਹ ਜਦੋਂ ਇੰਨਾ ਹੜ ਆਇਆ ਉਹ ਵੀ ਬਹੁਤ ਰੁੜੇ ਵਿਚਾਰੇ ਫਿਰ ਕੈਂਪ ਲਗਾਇਆ ਸੀ ਤੇ ਬਾਬੇ ਜਦੋਂ ਇੱਥੇ ਆਏ ਆ ਪੁਰਾਣੇ ਪਿੰਡ ਹਨਾ ਤੇ ਇੱਥੇ ਮਤਲਬ ਜਦੋਂ ਮੁਸਲਮਾਨ ਕਿਉਂਕਿ ਇਹ ਵੀ ਪਿੰਡ ਮੁਸਲਮਾਨਾਂ ਦੇ ਸੀਗੇ ਇੱਥੇ ਕੀ ਹਾਲਾਤ ਸੀਗੇ ਫਿਰ ਇੱਥੇ ਆਹ ਜਿਹੜਾ ਕੜਿਆਣਾ ਪਿੰਡ ਸੀ ਮੁਸਲਮਾਨ ਦਾ ਇਹ ਉੱਠ ਗਿਆ ਸੀ ਇਹ ਚੂੜ ਵਾਲੀ ਕੈਂਪ ਲਗਾਇਆ ਸੀਗਾ ਉਹਦੇ 'ਚ ਚਲੇ ਗਏ ਸਭ ਅਤੇ ਪਡੋਰੀ ਨਿਚਰੀ ਜ਼ਮੀਨ ਵਾਲੇ ਦੈਨੀ ਦੀ ਕਮੀ ਕਰ ਰਿਹਾ ਸੀ ਧੋਬੇ ਸਾਬੇ ਇੱਦਾਂ ਦੇ ਇਹ ਸੀਗੇ ਅਤੇ ਇਹ ਵੀ ਉਹਨਾਂ ਨੇ ਰਲ ਗਿਆ ਜਾ ਕੇ ਇੱਥੇ ਲੋਕਾਂ ਨੇ ਇਹਨਾਂ ਨੂੰ ਕਿਹਾ ਕੁਛ ਨਹੀਂ ਹਾਂ ਸੌਖੇ ਚਲੇ ਕਮੀ ਸੀ ਵਿਚਾਰੇ ਕੀ ਇਹ ਨਹੀਂ ਕਹਿਣਾ ਸੀ ਤੁਸੀਂ ਜਦੋਂ ਬੈਠੇ ਇੱਥੇ ਕੱਚੇ ਸੀਗੇ ਘਰ ਤੁਹਾਡੇ ਇੱਥੇ ਪਲੋਰੀ ਨੀਚਰਾਂ ਹਾਂਜੀ ਅਸੀਂ ਤਾਂ ਪਲੋਰੀ ਨੀਚਰਾਂ ਜਵਾਨਾਂ ਸਵੇਰ ਨੂੰ ਅਸੀਂ ਇੱਥੇ ਪਹੁੰਚੇ ਹਾਂ ਅਤੇ ਅਸੀਂ ਦੁਪਹਿਰ ਨੂੰ ਇਹ ਪਿੰਡ ਖਾਲੀ ਸੀਗਾ ਅਤੇ ਲਾਲਚ ਹੋ ਗਿਆ ਵੀ ਇੱਥੇ ਮਕਾਨ ਠੱਟਾ ਢਾਉਣਗੇ ਲੋਕ ਇੱਥੇ ਵੀ ਲੋਕ ਆ ਕੇ ਵੜ ਗਏ ਫਿਰ 3 ਸਾਲ ਕੱਚੇ ਇੱਥੇ ਰਹੇ ਅੱਛਾ ਕੱਚੀ ਅਲਾਟਮੈਂਟ ਇੱਥੇ ਹੋਈ ਹੈ ਨਾ ਇੱਥੇ ਹੋਈ ਅੱਛਾ ਜੀ ਤਾਂ ਬਾਅਦ ਦੇ ਵਿੱਚ ਫਿਰ ਪਡੋਰੀ ਨੀਚਰਾਂ 'ਚ ਆ ਗਏ ਨਾ ਨਾ ਪਡੋਰੀ ਨਿਜਰਾਂ 'ਚ ਪਹਿਲਾਂ ਆਏ ਪਹਿਲਾਂ ਪਡੋਰੀ ਨਿਜਰਾਂ 'ਚ ਆਏ ਆਹੋ ਉੱਥੇ 5-4 ਘੰਟੇ ਅਟਕੇ ਅਤੇ ਮੋਢੇ ਪਿੰਡ ਸੀ ਖਾਲੀ ਫਿਰ ਇੱਥੇ ਬਹਿ ਗਏ ਫਿਰ ਇੱਥੇ ਪੱਕੀ ਜ਼ਮੀਨ ਹੋ ਗਈ ਪਹਿਲਾਂ ਕੱਚੀ ਸੀ ਫਿਰ ਪੱਕੀ ਹੋ ਗਈ ਫਿਰ ਹੌਲੀ ਬਾਬੇ ਜਿੰਨੀ ਉੱਧਰ ਸੀਗੀ ਤੁਹਾਡੀ ਜ਼ਮੀਨ ਹੈ ਨਾ ਮਿਲ ਗਈ ਉੰਨੀ
ਉਹ ਗੌਰਮੈਂਟ ਦਾ ਇਹ ਕਾਨੂੰਨ ਸੀਗਾ ਚੌਥਾ ਹਿੱਸਾ ਕੱਟ ਕੇ ਉਧਰਲੀ ਜ਼ਮੀਨ ਜਿੰਨੀ ਜੇ ਕਿਸੇ ਦੀ 25 ਖੇਤ ਹੈ ਤਾਂ 6 ਵਿੱਚੋਂ ਕੱਟ ਕੇ ਫੇਰ ਦਿੰਦੇ ਸੀ ਅਤੇ ਮਤਬਲੇ ਸੀ ਬੇਬੀ ਜ਼ਿਆਦਾ ਹੋ ਜਾਂਦੀ ਸੀ ਇਹ ਮਾਰੂ ਇਲਾਕਾ ਸੀ ਇਹਦੀ ਜ਼ਮੀਨ 8-12 ਆਨੇ ਸੀ ਅਤੇ ਉਹ ਪਾਣੀ ਵਾਲਾ ਇਲਾਕਾ ਸੀ ਉਹਦੀ ਕੁੱਲ ਉਹਦੀ ਪੂਰੀ 16 ਆਨੇ ਸੀ ਇਹ ਫਿਰ ਚੌਥਾ ਤੋਂ ਕਟਾ ਕੇ ਵੀ ਇਹ ਜ਼ਮੀਨ ਖੇਤ 2 ਖਤ ਵੱਧ ਜਾਂਦੇ ਸੀ ਮੁਸਲਮਾਨਾਂ ਦੀਆਂ ਵੀ ਸੀਗੀਆਂ ਬੈਡੀਆਂ ਵਾਲੀਆਂ ਜ਼ੋਰਦਾਰ ਨੇ ਸੀ ਮਾਰੂ ਇਲਾਕਾ ਸੀਗਾ ਵੀ ਸੀਗੀਆਂ ਮਾੜੀਆਂ ਮੋਟੀਆਂ ਜਵਾਰਾਂ ਜੋਰਾਂ ਆਹੋ ਪੱਠੇ ਪੁੱਠੇ ਵੀ ਮਿਲ ਗਏ ਉਹਨਾਂ ਦੇ ਬੀਜੇ ਹੋਏ ਅਤੇ ਕੁਝ ਲੋਕਾਂ ਨੂੰ ਵੀ ਲੁੱਟ ਜੂ ਪਈ ਉਸ ਵੀ ਲੋਕ ਵੀ ਵੱਢ ਵੁੱਢ ਕੇ ਲੈ ਗਏ ਅੱਛਾ ਬਾਬਾ ਜੀ ਤੇਰੀ ਮੁੜ ਕੇ ਵੀ ਆਪਣਾ ਪਿੰਡ ਦੇਖਣ ਦਾ ਸਮਾਂ ਮਿਲਿਆ ਸਮਾਂ ਤਾਂ ਮਿਲਦਾ ਰਿਹਾ ਜਿਹੜਾ ਅੱਲਾ ਰੱਖਾ ਸੀ ਨਾ ਮੁਸਲਮਾਨ ਸਾਡੇ ਨਾਲ ਪੜ੍ਹਦਾ ਉਹ ਸਾਨੂੰ ਇੱਥੇ ਮਿਲਣ ਵੀ ਆਇਆ ਵਿਚਾਰਾ ਅਤੇ ਕੁਛ ਜਵਾਨਾਂ ਤਿਆਰ ਵੀ ਹੁੰਦੇ ਰਹੇ ਪਰ ਕੋਈ ਕੁਦਰਤ ਨੂੰ ਬਿਲ ਬਣੀ ਹੀ ਨਹੀਂ ਜਾਣ ਦੀ ਕਦੋਂ ਗਏ ਤੁਹਾਡੇ ਜਿਹੜੇ ਅੱਲਾ ਰੱਖਾ ਹੋਣੀ ਸੀਗੇ ਉਹ ਤਾਂ ਯਾਰ ਉਦੋਂ ਜਦੋਂ ਅਸੀਂ ਆਏ ਹਾਂ 30-31 ਸਾਲ ਹੀ ਖੇਤੀ ਮਿਲਣ ਆ ਗਿਆ ਸਾਨੂੰ ਤੁਹਾਡੇ ਜਿਹੜੇ ਬਜ਼ੁਰਗ ਸੀਗੇ ਪਿਤਾ ਜੀ ਉਹਨਾਂ ਦੇ ਦੋਸਤ ਸੀਗੇ ਉਹ ਨਾ ਉਹ ਤਾਂ ਸਾਡੇ ਸੀ ਨਾ ਰੱਖੇ ਹੋਏ ਸਾਡੇ ਨਾਲ ਪੜ੍ਹਦੇ ਸੀ ਤੁਹਾਡੀ ਹਮ ਉਮਰ ਸੀਗੀ ਆ ਉਹ ਤਾਂ ਜਿਹੜੇ ਸਾਡੇ ਆ ਉੱਥੇ ਪਿੰਡ ਦੇ ਮੁੰਡੇ ਸੀ ਉਹਨਾਂ ਨੂੰ ਮਿਲਣ ਆਇਆ ਨਾ ਅਤੇ ਉੱਥੇ ਉਦੋਂ ਆ ਮਲਮਲ ਨਹੀਂ ਸੀ ਮਿਲਦੀ ਅਸੀਂ ਫਿਰ ਉਹਨੂੰ ਪੱਗਾਂ ਦਿੱਤੀਆਂ ਇੱਥੋਂ ਵਿਚਾਰੇ ਨੂੰ ਫਿਰ ਅਤੇ ਆਪਣੇ ਬੜੇ ਸੋਹਣੇ ਪਿਓ ਉਹਨੂੰ ਪੂਰੀ ਕਰਦੇ ਰਹੇ ਜਿੰਨਾ 10-12 ਦਿਨ ਸਾਰਿਆਂ ਕੋਲ ਫਿਰ ਕੇ ਰਹਿੰਦਾ ਰਿਹਾ ਅੱਛਾ ਬਾਬਾ ਜੀ ਜਿਹੜਾ ਇੱਕ ਸਮਾਂ ਆਇਆ ਨਾ ਤੁਹਾਨੂੰ ਜਿਹੜਾ 47 ਤੋਂ ਜਿਹੜਾ ਪਹਿਲਾਂ ਵਾਲਾ ਜਿਹੜਾ ਤੁਹਾਡਾ ਬਚਪਨ ਦਾ ਸਮਾਂ ਉਹ ਵਧੀਆ ਲੱਗਦਾ ਕਿ ਆਹ ਵਧੀਆ ਸਮਾਂ ਉਹ ਹੁਣ ਬਾਈ ਮਸ਼ੀਨਰੀ ਯੁੱਗ ਹੈ ਸਭ ਕਹੇ ਹੁਣ ਇਹ ਹੋ ਚੁੱਕਾ ਲੱਗਦਾ ਅੱਛਾ ਬਈ ਉਸ ਸਮੇਂ ਉਹ ਚੰਗਾ ਲੱਗਦਾ ਸੀਗਾ ਅਤੇ ਚਲੋ ਹੜ੍ਹਾਂ ਨਾਲ ਲੋਕ ਖੇਤੀ ਕਰਦੇ ਸੀ ਕੰਮ ਬਹੁਤ ਕਰਨਾ ਪੈਂਦਾ ਸੀ ਅਤੇ ਬਾਬਾ ਜੀ ਜੇ ਕਿਤੇ ਪਰਮਾਤਮਾ ਤੁਹਾਨੂੰ ਕਿਤੇ ਕਰੇ ਵੀ ਵਿਧ ਕੋਈ ਬਣਾਵੇ ਤਾਂ ਪਿੰਡ ਦੇਖ ਕੇ ਆਉਂਗੇ ਬਿਲਕੁਲ ਅੱਛਾ ਪਛਾਣ ਜਾਓਗੇ ਵੀ ਜੀ ਹਾਂ ਬਿਲਕੁਲ ਬਿਲਕੁਲ ਉਹ ਪੂਰਾ ਨਕਸ਼ਾ ਦਿਲ 'ਤੇ ਚੜਿਆ ਜਿਹੜਾ ਪਿੰਡ ਦੇ ਵਿਚਾਲੇ ਖੂਹ ਇੱਦਾਂ ਚੌੜੀਆਂ ਸੜਕਾਂ ਆਲੇ ਦੁਆਲੇ ਨੂੰ ਪਹੁੰਚ ਜਾਂਦੇ ਉੱਥੇ ਫਿਰ ਹਾਂਜੀ ਜਦੋਂ ਸੁਪਨੇ 'ਚ ਪਹੁੰਚ ਜਾਂਦੇ ਆ ਬਿਲਕੁਲ ਠੀਕ ਆ ਅੱਛਾ ਬਾਬਾ ਜੀ ਆਪਣੇ ਜਿਹੜੇ ਹੋ ਸਕਦਾ ਜੇ ਉਹ ਤੁਹਾਡਾ ਜਿਹੜਾ ਦੋਸਤ ਸੀਗਾ ਅੱਲਾ ਰੱਖਾ ਜਾਂ ਉਹਨਾਂ ਦੇ ਪਰਿਵਾਰ 'ਚ ਹੋਵੇ ਉਹਨਾਂ ਨੂੰ ਸੁਨੇਹਾ ਦਿਓ ਉਹ ਬਈ ਹੁਣ ਤਾਂ ਹੈ ਨਹੀਂ ਵਿਚਾਰੇ ਉਹ ਜੇ ਮੰਨ ਲਓ ਜੇ ਹੋਵੇ ਉਹ ਉਹਨਾਂ ਦੇ ਪਰਿਵਾਰ ਨੂੰ ਸੁਨੇਹਾ ਦਿਓ ਵੀ ਜਦੋਂ ਉਹ ਉਸਲਾ ਉਹਨੀ ਉੱਥੇ ਕਮਾਈ ਕਰਕੇ ਨਾ ਉਹ ਕਾੜੇ ਲੱਕੜ ਮੰਡੀ 'ਚ ਆਪਣੀਆਂ ਦੁਕਾਨਾਂ ਦੱਸਦੇ ਲੈ ਲਈਆਂ ਸੀਗੀਆਂ ਬਾਅਦ 'ਚ ਅਤੇ ਫਿਰ ਉੱਥੇ ਚਲੇ ਗਏ ਸੀ ਅਤੇ ਉਹ ਜਿਹੜਾ ਸ਼ਰਪਜੀਨ ਸੀਗਾ ਉਹ ਜਵਾਨ ਬੜਾ ਸੀ ਮਿਸਤਰੀ ਬਾਪ ਉਹਨਾਂ ਦਾ ਉਹ ਗੁਜ਼ਰ ਗਿਆ ਸੀ ਫਿਰ ਇੰਨੇ ਰੱਖੇ ਹੋਣੀ ਵੀ ਗੁਜ਼ਰ ਗਏ ਸੀ ਸਾਰਾ ਲੱਗਦਾ ਰਿਹਾ ਆਹੋ ਆਹੋ ਠੀਕ ਆ ਅਤੇ ਚਲੋ ਠੀਕ ਆ ਜੀ ਕੀਤੀਆਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਅਤੇ ਜੇ ਤੁਹਾਨੂੰ ਵੀ ਲੱਗਦਾ ਵੀ ਤੁਹਾਡੇ ਵੀ ਕੋਈ ਗਲੀ ਗੁਆਂਢ ਕੋਈ ਮੁਹੱਲੇ 'ਚ ਬਜ਼ੁਰਗ ਹੈਗਾ ਤਾਂ ਉਹਦੀ ਵੀਡੀਓ ਸਾਡੇ ਚੈਨਲ ਧਰਤੀ ਦੇ ਪੰਜਾਬ 'ਤੇ ਹੋਣੀ ਚਾਹੀਦੀ ਆ ਤਾਂ ਸਾਡੇ ਨਾਲ ਜ਼ਰੂਰ ਸੰਪਾਦਕ ਕਰਿਓ ਅਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਬਜ਼ੁਰਗਾਂ ਦੀ ਵੀਡੀਓ ਬਣਾ ਕੇ ਤਾਂ ਆਪਣੇ ਚੈਨਲ 'ਤੇ ਪਾਈਏ ਨਾ ਅਤੇ ਗਾਂਹ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਜੀ ਖੁਦਾ ਹਾਫਿਜ਼ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੋਨਾ ਅਤੇ